ਜੀ ਦੋਸਤੋ ਸਲਾਮ ਵਾਲੇਕਮ ਜੀ ਵੈਲਕਮ ਟੂ ਮਾਈ ਚੈਨਲ ਅਲੀ ਐਂਟਰਟੇਨਮੈਂਟ ਟੀਵੀ 83 ਤੇ ਅੱਜ ਅਸੀਂ ਦੋਸਤਾਂ ਵਾਸਤੇ ਇੱਕ ਸ਼ਾਰਟ ਜੀ ਵੀਡੀਓ ਲੈ ਕੇ ਆਏ ਆ ਇਸ ਸ਼ਾਰਟ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਜਿਹੜਾ 27 ਮਾਰਚ 2023 ਨੂੰ ਫਲੂਸੀ ਇਮੀਗ੍ਰੇਸ਼ਨ ਦਾ ਦਮੰਦਾ ਹੋਇਆ ਸੀ ਉਹਦੀ ਕੀ ਅਪਡੇਟ ਹੈ ਤੇ ਕੀ ਸਮਾਚਾਰ ਨੇ ਉਹਦੇ ਜਿਤਨੇ ਵੀ ਦੋਸਤ ਨਵੇਂ ਆ ਰਹੇ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੋ ਜੀ ਦੋਸਤੋ ਚੱਲਣਾ ਹੈ ਆਪਣੀ ਵੀਡੀਓ ਦੀ ਤਰਫ ਤੇ ਬਿਲਕੁਲ ਜਿਹੜੀ 27 ਮਾਰਚ 2023 ਦੀ ਇਮੀਗ੍ਰੇਸ਼ਨ ਓਪਨ ਹੋਈ ਸੀ ਜਿਹੜੇ ਦਮਾਉਂਦੇ ਹੋਏ ਸਨ ਫਲੂਸੀ ਇਮੀਗ੍ਰੇਸ਼ਨ ਜਿਹੜੀ ਸੀ ਕਿ ਜਿਹੜੇ ਦੋਸਤ ਠੀਕ ਹੈ ਉਹਨਾਂ ਵਾਸਤੇ ਜਿਹੜੀ ਇਮੀਗ੍ਰੇਸ਼ਨ ਓਪਨ ਹੋਈ ਸੀ 27 ਮਾਰਚ 2023 ਨੂੰ ਉਹਦੇ ਦਮਾਉਂਦੇ ਹੋਏ ਸਨ ਯਾਨੀ ਕਿ ਉਹ ਅਪਲਾਈ ਹੋਏ ਸਨ ਤੇ ਉਹਨਾਂ ਦੀ ਜਿਹੜੀ ਅਪਡੇਟ ਹੈ ਬਿਲਕੁਲ ਉਹਨਾਂ ਦੀ ਅਪਡੇਟ ਜਿਹੜੇ ਦੋਸਤਾਂ ਦੇ 27 ਮਾਰਚ ਵਾਲੇ ਦਿਨ ਬਿਲਕੁਲ ਜਿਹੜੇ ਦੁਮੰਦੇ ਹੋਏ ਸਨ ਤੇ ਉਹਨਾਂ ਵਿੱਚੋਂ ਕਾਫੀ ਸਾਰੇ ਐਸੇ ਦੋਸਤ ਨੇ ਕਿ ਜਿਨ੍ਹਾਂ ਦੇ ਬਿਲਕੁਲ ਨੌਲੇਜ ਤੇ ਇਸ਼ੂ ਹੋ ਗਏ ਨੇ ਔਰ ਕਈਆਂ ਦੇ ਇਸ਼ੂ ਹੋ ਰਹੇ ਨੇ ਬੜੀ ਰਫਤਾਰ ਦੇ ਨਾਲ ਜਿਹੜਾ ਵੇ ਉਹ ਕੰਮ ਹੋ ਰਿਹਾ ਵੇ ਠੀਕ ਹੈ ਤੇ ਕਾਫੀ ਸਾਰੇ ਐਸੇ ਦੋਸਤ ਨੇ ਜਿਨ੍ਹਾਂ ਨੂੰ ਬਿਲਕੁਲ ਨੌਲੇਜ ਸੇ ਇਸ਼ੂ ਹੋ ਗਏ ਨੇ ਬਜ਼ਾਤੇ ਖੁਦ ਅਸੀਂ ਦੇਖਿਆ ਵੇ ਔਰ ਜਿਨ੍ਹਾਂ ਦੋਸਤਾਂ ਦੇ ਦੁਮੰਦੇ ਜਿਹੜੇ ਨੇ ਉਹ 28 ਮਾਰਚ ਨੂੰ ਜਿਨ੍ਹਾਂ ਦੋਸਤਾਂ ਦੇ ਦੁਮੰਦੇ 29 ਮਾਰਚ ਨੂੰ ਜਾਂ 3 ਮਾਰਚ ਨੂੰ ਹੋਏ ਨੇ ਉਹਨਾਂ ਦੇ ਜਿਹੜੇ ਦੁਮੰਦੇ ਨੇ ਉਹ ਹਲੇ ਤੱਕ ਵੈਰੀਫਿਕੇਸ਼ਨ ਦੇ ਵਿੱਚ ਜਾ ਰਹੇ ਨੇ ਠੀਕ ਹੈ ਉਹਨਾਂ ਦੇ ਜਿਹੜੀ ਇਮੀਗ੍ਰੇਸ਼ਨ ਅਪਲਾਈ ਹੋਈ ਦੀ ਇਮੀਗ੍ਰੇਸ਼ਨ ਦੇ ਦੁਮੰਦੇ ਹੋਏ ਦੇ ਨੇ ਉਹ ਬਿਲਕੁਲ ਵੈਰੀਫਿਕੇਸ਼ਨ ਦੇ ਵਿੱਚ ਜਾ ਰਹੇ ਨੇ ਕਿਉਂਕਿ ਕਾਫੀ ਸਾਰੇ ਐਸੇ ਦੋਸਤ ਨੇ ਕਿ ਜਿਨ੍ਹਾਂ ਨੇ ਆਪਣੇ ਵਕੀਲਾਂ ਦੇ ਨਾਲ ਰਾਬਤਾ ਕੀਤਾ ਠੀਕ ਹੈ ਅਸੀਂ بذات خود ਜਿਹੜਾ ਪ੍ਰਫਤੂਰੇ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਚੈੱਕ ਕੀਤਾ ਸੀ ਤੇ ਇਹਦੀ ਬੜੀ ਵੈਰੀਫਿਕੇਸ਼ਨ ਕੀਤੀ ਹੈ ਠੀਕ ਹੈ ਤੇ 27 ਮਾਰਚ ਵਾਲੇ ਦਿਨ ਜਿਹੜੇ ਦਮੰਦੇ ਹੋਏ ਸਨ ਉਹ ਬਿਲਕੁਲ ਨੋਲੇਸ ਤੇ ਇਸ਼ੂ ਹੋ ਰਹੇ ਨੇ ਉਹ ਦੋਸਤਾਂ ਦੇ ਇਸ਼ੂ ਵੀ ਹੋਏ ਨੇ ਠੀਕ ਹੈ ਉਸ ਤੋਂ ਬਾਅਦ ਵਿੱਚ ਜਿਹੜੇ ਦੋਸਤਾਂ ਦੇ ਅ ਅਪਲਾਈ ਕੀਤੀ ਦੀ ਹੈ ਪਰਮੇਸ਼ਰ ਦੀ ਸਜੋਨ ਨੂੰ ਪ੍ਰੋਟੈਕਸ਼ਨ ਸਪੈਸ਼ਲ ਤਕਰੀਬਨ ਕਾਫੀ ਸਾਰੇ ਦੋਸਤਾਂ ਦੇ ਮਨੋਂ ਮੈਸੇਜ ਆਏ ਦੱਸਣ ਜੀ ਸਾਨੂੰ 10 ਮਹੀਨੇ ਹੋ ਗਏ ਨੇ ਅਸੀਂ ਫਿੰਗਰ ਦੇ ਤਿੰਨ ਦਿਨ ਤੱਕ ਸਾਡੀ ਪਰਮੇਸ਼ਰ ਦੀ ਜੋਨੋ ਜੜੀ ਹੈ ਉਹ ਪਰੋਂ ਤੋਂ ਨਹੀਂ ਹੋ ਰਹੀ ਤੇ ਬਿਲਕੁਲ ਉਹ ਪਰੇਸ਼ਾਨ ਨਾ ਹੋਣ ਇਸ ਚੀਜ਼ ਵੱਲੋਂ ਕਿਉਂਕਿ ਜਿਨ੍ਹਾਂ ਦੇ ਫਿੰਗਰ ਆਲਰੇਡੀ ਹੋ ਗਏ ਨੇ ਕਸਤੂਰੇ ਵਾਲਿਆਂ ਨੇ ਉਹਨਾਂ ਨੂੰ ਰਜੀਪੂਤਾ ਜਿਹੜਾ ਵੇ ਉਹ ਇਸ਼ੂ ਕਰ ਦਿੱਤਾ ਜਾਵੇ ਯੂਕਰੇਨ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਰਸ਼ ਪਿਆ ਸੀ ਠੀਕ ਹੈ جس وجہ تو ਆ ਕੇ ਤੇ ਇਸ ਟਾਈਮ ਜਿਹੜੀ ਨਾਰਮਲ ਤੋਂ ਨਾਰਮਲ ਤੁਹਾਡੀ ਪਰਮੈਸਰ ਦੀ ਸਜੋਨ ਨੂੰ ਅਗਰ ਤੁਸੀਂ ਉਹਨੂੰ ਵੀ ਰੀਨਿਊ ਕਰਵਾਉਂਦੇ ਹੋ ਵੇ ਤੇ ਉਹਦੇ ਦਵ 5 ਤੋਂ 6 7 ਮਹੀਨੇ ਕਈਆਂ ਦੇ 8 ਮਹੀਨੇ ਲੱਗਦੇ ਨੇ ਪਰ ਜਿਹੜੀ ਪਰਮੈਸਰ ਦੀ ਸਜੋਨ ਨੂੰ ਕਰਤਾ ਵੇ 10 ਸਾਲ ਵਾਲੀ ਜਿਹੜੀ ਹੈ ਉਹਦਾ ਜਿਹੜਾ ਟਾਈਮ ਹੈ ਉਹ ਵੀ ਤਕਰੀਬਨ 8 ਤੋਂ 10 ਮਹੀਨੇ ਜਿਹੜਾ ਉਹ ਨਾਰਮਲ ਲੱਗਦਾ ਪਿਆ ਠੀਕ ਹੈ ਮੈਂ ਦੋਸਤਾਂ 'ਕਿ ਰਿਕਵੈਸਟ ਕਰਾਂਗਾ ਜਿੰਨੇ ਦੋਸਤ ਮੇਰੇ ਚੈਨਲ ਦੇ ਆ ਰਹੇ ਨੇ ਬੜਾ ਮਿਹਰਬਾਨੀ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਔਰ ਦੋਸਤਾਂ ਨਾਲ ਸ਼ੇਅਰ ਕਰਨ ਦਾ ਸਿਰਫ ਮਕਸਦ ਇਹ ਹੁੰਦਾ ਹੈ ਕਿ ਜਿਹੜੇ ਦੋਸਤ ਨਵੇਂ ਨੇ ਜਾਂ ਜਿਹੜੇ ਦੋਸਤ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਹੈ ਕੰਮ ਦੀ وجہ ਨਾਲ ਤੇ ਉਹਨਾਂ ਨੂੰ ਜਿਹੜੀ ਇਹਨਾਂ ਇਨਫਾਰਮੇਸ਼ਨ ਮਿਲਦੀ ਰਹਿੰਦੀ ਹੈ ਇਨਫਾਰਮੇਸ਼ਨ ਜਿਹੜੀ ਉਹਨਾਂ ਨੂੰ ਅਪਡੇਟ ਹੁੰਦੀ ਰਹਿੰਦੀ ਹੈ ਉਹਨਾਂ ਦੇ ਗੋਲ ਤੇ ਕੋਸ਼ਿਸ਼ ਕਰਿਆ ਕਰੋ ਆ ਜਿਹੜੀ ਵੀਡੀਓ ਹੁੰਦੀ ਹੈ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਉਸ ਤੋਂ ਬਾਅਦ ਮੇਰਾ ਜਿਹੜਾ ਫੇਸਬੁੱਕ ਪੇਜ ਹੈ ਠੀਕ ਹੈ ਅਲੀ ਦੇ ਨਾਮ ਦੇ ਉਹਨੂੰ ਵੀ ਫਾਲੋ ਕਰੋ ਉਹਦੇ ਵਿੱਚ ਵੀ ਹਰ ਕਿਸਮ ਦੀ ਅਪਡੇਟ ਵਾਲੀ ਵੀਡੀਓ ਜਿਹੜੀ ਹੈ ਉਸੀ ਅਪਲੋਡ ਕਰਦੇ ਰਹਿੰਨੇ ਆ ਠੀਕ ਹੈ ਤੇ ਮੈਂ ਦੁਬਾਰਾ ਦੋਸਤਾਂ ਗੇ ਰਿਕੁਐਸਟ ਕਰਾਂਗਾ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਲਾਜ਼ਮੀ ਕਰਿਆ ਕਰੋ ਠੀਕ ਹੈ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਅਗਰ ਇਨਫਾਰਮੇਸ਼ਨ ਚਾਹੀਦੀ ਹੋਵੇ ਤੇ ਤੁਸੀਂ ਉਹ ਮੇਰੇ ਕੋਲੋਂ ਲੈ ਸਕਦੇ ਹੋ ਠੀਕ ਹੈ ਇਹ ਤੁਹਾਡਾ ਆਪਣਾ ਚੈਨਲ ਹੈ ਅਲੀ ਐਂਟਰਟੇਨਮੈਂਟ ਟੀਵੀ 83 ਠੀਕ ਹੈ ਇਹਦੇ ਉੱਤੇ ਤੁਹਾਨੂੰ ਜਿਹੜੀ ਇਮੀਗ੍ਰੇਸ਼ਨ ਦੀ ਇਨਫਾਰਮੇਸ਼ਨ ਉਸ ਤੋਂ ਬਾਅਦ ਜਿਹੜਾ ਸ਼ੰਜਨ ਵੀਜ਼ਾ ਉਹਦੀ ਇਨਫਾਰਮੇਸ਼ਨ ਠੀਕ ਹੈ ਮਲੇਸ਼ੀਆ ਦੁਬਈ ਸਿੰਗਾਪੁਰ ਕਿਸੇ ਵੀ ਕਿਸਮ ਦੀ ਜਿਹੜੀ ਇਨਫੋਰਮੇਸ਼ਨ